ਅੱਜ ਸਾਡੇ ਵੀਰ ਗੁਰਨਾਮ ਸਟਾਲ ਰੈਡੀਮੇਡ ਕਰਾਉਂਦੇ ਨਹੀਂ ਨਹੀਂ ਵੀਰੇ ਅਸੀਂ ਨਾ ਸਮਾਨ ਚੱਕਣ ਲੱਗੇ ਸੀਗੇ ਬਲੂਨ ਬਲਾਨ ਵਗੈਰਾ ਸੋ ਸਾਡੇ ਵੀਰੇ ਗੁਰਨਾਮ ਵੀਰੇ ਦਾ ਅੱਜ ਸ਼ੂਟ ਅਸੀਂ ਕਰ ਰਹੇ ਆ ਫਸਟ ਟਾਈਮ ਬਹੁਤ ਘੈਂਟ ਬਾਈ ਦਾ ਕੰਮ ਦੇ ਆਲਵੇਜ਼ ਫੈਨ ਆ ਨਮਸਕਾਰ ਗੁਰਨਾਮ ਬਲਰ ਦੀ ਤਰਫ ਸੇ नमस्कार गुदाम की तरफ से आप सबको DD1 देख रहे सभी दर्शकों को आज हम आपको ब्लैक कॉफ़ी के फ़ायदे बताएंगे। सबसे पहली बात तो इसमें कैफीन होता है और वो ठीक होता है सोचने के लिए। अब मेरी हिंदी ख़त्म हो रही है तो मैं आपको दिखाता हूँ ये कैसी दिखती है। हाँ स्वाद कर दो ਛੂਟ ਛਾਟ ਤਾਂ ਅਸੀਂ ਵਜੇ ਕੀਤਾ ਨੀ ਕਾਫੀ ਮਰੀ ਜਾਂਦੇ ਆ ਤੇ ਹੁਣ ਦੇਖਦੇ ਹਾਂ ਕੋਈ ਸ਼ਾਰਟ ਸ਼ੂਟ ਲਵੇ ਭਾਈ ਸ਼ਾਇਦ ਸੁੱਖ ਸੰਘੇੜਾ ਸਾਹਿਬ ਸਾਡਾ ਤੇ ਆਹ ਦੇਖੋ ਗੁਬਾਰੇ ਗੁਬੂਰੇ ਜਵਾਕਾਂ ਵਾਲੇ ਕੰਮ ਗੱਲ ਆ ਕੋਈ ਦੱਸ ਰਿਹਾ ਅਸੀਂ ਇਹ ਉੱਥੋਂ ਸਪੈਸ਼ਲ ਐਡੀ ਦੂਰੋਂ ਆਏ ਹਾਂ ਵੀ ਬਾਈ ਸ਼ੂਟ ਕਰਨਾ ਬਾਈ ਗੁਬਾਰੇ ਵਾਲੀਆਂ ਗੱਡੀਆਂ ਪਤਾ ਨਹੀਂ ਕੀ ਬਣਨਾ ਸਾਡੇ ਗਾਣੇ ਦਾ। ਚਲੋ ਬਾਈ ਨੂੰ ਸੁੱਖ ਰੱਖੇ ਭੁੱਖ ਬਹੁਤ ਲੱਗੀ ਆ ਤੇ ਰੋਟੀ ਰਾਟੀ ਇਹਨਾਂ ਨੇ ਖਵਾਈ ਨੀ ਸ਼ੂਟ ਕਰੀ ਜਾਂਦੇ ਆ ਸੁੱਖ ਭਾਜੀ ਸਾਡਾ ਗੁਰਨਾਮ ਰੋਟੀ ਵੀ ਖਵਾ ਦਿੰਦੀ ਹੁੰਦੀ ਆ ਸਿੰਗਰਾਂ ਨੂੰ ਭੁੱਖ ਵੀ ਲੱਗਦੀ ਆ ਸ਼ੀਸ਼ਾ ਸਾਹਿਬ ਕਰਨ ਵਾਲਾ ਵੀਰੇ ਤੇਰਾ ਭਾਈ ਬਣਾ ਦਾਂਗੇ ਗੁਰਨਾਮ ਭੁੱਲਰ ਦਾ ਅਖਾੜਾ ਗੋਰੀਏ ਅੱਜ ਹੀ ਬੁੱਕ ਕਰਾ ਦਾਂਗੇ ਠੀਕ ਹੈ ਜੀ ਹੁਣ ਸੈਕਿੰਡ ਲੋਕੇਸ਼ਨ ਸ਼ੂਟ ਤਿਆਰ ਆ ਕੋਸਟਿਊਮ ਕਰਦੇ ਹਾਂ ਚੇਂਜ ਕਰਦੇ ਹਾਂ ਲਓ ਜੀ ਅਸੀਂ ਰੋਜ਼ਿਸ ਲਾ ਰਹੇ ਹਾਂ ਜੀ ਵੈਗਨ 'ਤੇ ਅਤੇ ਅਸੀਂ ਲੱਗਦਾ ਅਸੀਂ ਨਵੀਂ ਕੰਪਨੀ ਖੋਲ੍ਹ ਲੈਣੀ ਆ ਹੁਣ ਫਰਾਬ ਪੈਡਲਸ ਅਸੀਂ ਸਪਲਾਈ ਕਰਿਆ ਕਰਦੇ ਹਾਂ ਕੋਈ ਵੀ ਵਿਆਹ ਸ਼ਾਦੀ ਦਾ ਮੌਕਾ ਜ਼ਰੂਰ ਸਾਡੇ ਮੈਨੇਜਰ ਗੁਰਸੇਵਕ ਨੂੰ ਜ਼ਰੂਰ ਗੁਰਸੇਵਕ ਵੀਰਾ ਛਾਈ ਜਾਂਦਾ ਕੜੇ ਝਾਂਜਰਾਂ ਪਾਉਣ ਦਾ ਸ਼ੌਂਕ ਆ ਨਾ ਘਰੇ ਰਿਸ਼ਤਾ ਲੈ ਕੇ ਆ ਸਰਦਾਰਨੀ ਆ ਅਤੇ ਸਰਦਾਰਾਂ ਵਾਂਗੂ ਵਿਆਹ ਸਰਦਾਰਾਂ ਵਾਂਗੂ ਵਿਆਹ ਕੇ ਲੈ ਕੇ ਜਾ ਠੀਕ ਆ ਸਰਦਾਰਾਂ ਵਾਂਗੂ ਵਿਆਹ ਕੇ ਲੈ ਕੇ ਜਾ ਹਾਂ ਬਸ ਇੰਨਾ ਕਹਿ ਰਹੇ ਬਾਕੀ ਆਪਾਂ ਬਾਅਦ 'ਚ ਦੇਖਦੇ ਹਾਂ ਜਿੰਨੀ ਕੜੇ ਝਾਂਜਰਾਂ ਪਾਉਣ ਦਾ ਸ਼ੌਂਕ ਆ ਨਾ ਤਾਂ ਘਰੇ ਆ ਸਰਦਾਰਨੀ ਆ ਸਰਦਾਰਾਂ ਵਾਂਗੂ ਵਿਆਹ ਕੇ ਲੈ ਕੇ ਜਾ ਸੋਚਣ ਲੱਗ ਗਿਆ ਸੋਚੀ ਜਾਓ ਉੱਥੇ ਸੋਚੀ ਜਾਓ ਫਿਰ ਦੇਖੋ ਵੈਰੀ ਗੁੱਡ ਆਹ ਸਿਰਾ ਲੱਗ ਗਿਆ ਸਾਹਿਬ ਹੈ
ਐਕਸ਼ਨ ਹੋ ਗਿਆ ਸਾਹਿਬ ਝਾਂਜਰਾਂ ਲੈ ਲਾ ਵੇ ਮਾਂ ਨਹੀਂ ਲੱਗਦਾ ਝਾਂਜਰਾਂ ਐਨੀਵੇਜ਼ ਸੋ ਐਦਾਂ ਸ਼ੂਟ ਹੋ ਗਿਆ ਡਨ ਸੰਗੇੜਾ ਸਾਹਿਬ ਕਿੱਦਾਂ ਲੱਗਾ ਤੁਹਾਨੂੰ ਗੁਰਨਾਮ ਭੁੱਲਰ ਦਾ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਨੂੰ ਗੁਰਨਾਮ ਭੁੱਲਰ ਜੀ ਨਾਲ ਕੰਮ ਕਰਕੇ ਹੁਣ ਤੁਸੀਂ ਇੱਕ ਨਵਾਂ ਗੁਰਨਾਮ ਭੁੱਲਰ ਦੇ ਵਿੱਚ ਸੁੱਖ ਸੰਗੇੜਾ ਦੇਖੋਗੇ ਇਹ ਖਾਸ ਗੱਲ ਆ ਬਾਈ ਨੇ ਬਾਈ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਵੀਰੇ ਨੇ ਬਹੁਤ ਵਧੀਆ ਥੈਂਕ ਯੂ ਅੱਜ ਸਾਡਾ ਬੜਾ ਛੋਟਾ ਦਿਨ ਸੀਗਾ ਜੀ ਡੇ 1 ਡਨ ਹੋ ਚੁੱਕਿਆ ਕੱਲ੍ਹ ਨੂੰ ਸਾਡਾ ਹੈਵੀ ਡੇ ਆ ਪੂਰਾ ਐਨ ਸਵੇਰ ਤੋਂ ਲੈ ਕੇ ਰਾਤ ਤੱਕ ਅਤੇ 3-4 ਟਨ ਦਾ ਭਾਰ ਪੈ ਜਾਣਾ ਕੱਲ੍ਹ ਅਤੇ ਗਾਣਾ ਬਹੁਤ ਆ ਰਿਹਾ ਅਤੇ ਬਾਕੀ ਇੱਧਰ ਲੈਂਸ ਸਾਫ਼ ਕਰਨ ਵਾਲਾ ਯਾਰ ਯਾਰ ਤੂੰ ਲੈਂਸ ਸਾਫ਼ ਕਰਕੇ ਰੱਖੀ ਕੱਲ੍ਹ ਨੂੰ ਚੰਗਾ